ਕਹਿਣਾ ਬੇਟਾ ਅੱਜ ਦਾ ਦਿਨ ਸਾਡੇ ਪਰਿਵਾਰ ਲਈ ਨਗਰ ਲਈ ਮੈਂ ਇਹਨੂੰ ਕਾਲਾ ਦਿਨ ਹੀ ਕਹੂੰਗਾ ਕਿਉਂਕਿ ਅੱਜ ਦੇ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਪਲ ਨੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਦਮੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰਮਾਤਮਾ ਦਾ ਵੋਟ ਆਸਰਾ ਲੈ ਰਹੇ ਹਾਂ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਉਹਦੇ ਲਈ ਅਰਦਾਸ ਜੋਦੜੀ ਗੁਰੂ ਸ਼ਬਦ ਗੁਰੂ ਦੇ ਚਰਨਾਂ 'ਚ ਕੀਤੀ ਹੈ ਕੀ ਕਹੂੰਗਾ ਲਗਾਤਾਰ ਇਨਸਾਫ਼ ਨੂੰ ਲੈ ਕੇ ਭੜਕ ਰਹੇ ਹੋ ਸੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਾਲੇ ਵੀ ਇਨਸਾਫ਼ ਨਹੀਂ ਮਿਲਿਆ ਹੈਗਾ ਮੈਂ ਤਾਂ ਦਾਅਵਾ ਵੀ ਨਹੀਂ ਸੁਣਿਆ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ਼ ਕਰਾਂਗੇ ਕੁਛ ਨਹੀਂ ਕਰ ਰਹੇ ਬਿਲਕੁਲ ਸਿਰਫ਼ ਅਤੇ ਸਿਰਫ਼ ਉਹਦੀ ਜਿਹੜੀ ਸ਼ਹਾਦਤ ਉਹਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀ ਹੈ ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤਾਂ ਮੈਂ ਕਿਵੇਂ ਕਹਿੰਦਾ ਵੀ ਦਾਅਵੇ ਕਰਨਗੇ ਜਾਂ ਕੁਛ ਕਰਨਗੇ ਇਹ ਸਿਸਟਮ ਨੇ ਕੁਛ ਨਹੀਂ ਕਰਨਾ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਈ ਆ ਤਿਹਾੜ ਜੇਲ੍ਹ ਤੋਂ ਸਾਜ਼ਿਸ਼ ਹੋਈ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਆ ਅਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਵੀ ਇੱਕ ਦੂਜੇ ਦੇ ਦੋਸਤ ਬੇਟਾ ਮਿਲੇ ਹੋਏ ਨੇ ਦੋਨੋਂ ਸਟੇਟ ਵੀ ਭਾਜਪਾ ਵੀ ਭਾਜਪਾ ਨੇ 268 ਲਾ ਕੇ ਉਹਨੂੰ ਸੇਫ ਤਾਂ ਕਰ ਰੱਖਿਆ ਉਹਨੂੰ ਕੋਈ ਮਾਰ ਨਾ ਦੇਵੇ ਉਹ ਤੋਂ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਦਿਵਾਉਣੀਆਂ ਇਹ ਇੱਕ ਨੈਕਸਸ ਹੈ ਗੱਠਜੋੜ ਹੈ ਇੱਕ ਜਿਹੜਾ ਬਿਲਕੁਲ ਕਾਮਯਾਬੀ ਨਾਲ ਮੈਂ BJP ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਸਾਰੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਉੱਥੋਂ ਜਿਹੜਾ ਬੰਦਾ ਤੁਹਾਡੇ ਖਿਲਾਫ਼ ਆਵਾਜ਼ ਚੁੱਕਦਾ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਜ਼ਰੂਰ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ ਮੈਂ ਜਾ ਵੀ ਰਿਹਾ ਅਤੇ ਮੈਂ ਅੱਗੇ ਵੀ ਜਾਂਦਾ ਸਿੱਧੂ ਦੀ ਸਿਕਿਉਰਿਟੀ ਤਾਂ ਇਹਨਾਂ ਨੂੰ ਅੱਖਾਂ 'ਚ ਰੜਕਦੀ ਸੀ ਹੁਣ ਜਦੋਂ CM ਆਉਂਦਾ ਤਾਂ ਹਜ਼ਾਰਾਂ ਦਾ ਕਾਫਲਾ ਆਉਂਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਦੇਖਣਾ ਕੀ ਹੈ ਬਿਲਕੁਲ ਬਗੈਰਤੀ ਵਾਲੀ ਗੱਲ ਹੈ ਵੀ ਜਿਹੜੀ ਗੱਲ ਆਪਾਂ ਮੂੰਹ 'ਚੋਂ ਕਹਿ ਕੇ ਕਹਿੰਦੇ ਰਹੇ ਹਾਂ ਵੀ ਅਸੀਂ ਆਹ ਨਹੀਂ ਹੋਣੀ ਚਾਹੀਦੀ ਉਹੀ ਅਸੀਂ ਕਰ ਰਹੇ ਹਾਂ ਤਾਂ ਲੋਕਾਂ ਨੇ ਮੂੰਹੋਂ ਵੀ ਇਸੇ ਕਰਕੇ ਲੈ ਰਿਹਾ ਉਹ ਅਭੀ ਲਾਸਟ ਮੁਕਰਾ ਬਰਸੀ ਨੂੰ ਤੁਸੀਂ ਨਸਲ ਖੁਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ ਖੁਸ਼ੀ ਦਾ ਨਾਮ ਦਿੱਤਾ ਨਸਲ ਖੁਸ਼ੀ ਬੇਟਾ ਇਸ ਤਰ੍ਹਾਂ ਆਪਾਂ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਉਹਦੀ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਹੀ ਨਹੀਂ ਹੈ ਵਜ੍ਹਾ ਇੱਕ ਹੈ ਵੀ ਉਹ ਸਿੱਖ ਕੌਮ ਦੇ ਨਾਲ ਸੰਬੰਧ ਰੱਖਦਾ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਉਹ ਆਪਣੇ 뮤직 ਦੇ ਵਿੱਚ ਆਪਣੀ SYL ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁੱਭਦਾ ਸੀ ਕਿਉਂਕਿ ਉਹਦਾ ਦਾਇਰਾ ਵੱਡਾ ਸੀ ਉਹਨੂੰ ਕਰੋੜਾਂ 'ਚ ਸੁਣਿਆ ਜਾਂਦਾ ਸੀ ਅਤੇ ਉਹ ਆਵਾਜ਼ ਇਹਨਾਂ ਨੇ ਖਾਮੋਸ਼ ਕਰਨੀ ਸੀ ਸਿਕਿਉਰਿਟੀ ਜੇਕਰ ਉਸ ਦੇ ਨਾਂ ਘਟਾਈ ਜਾਂਦੀ ਜਿਸ ਤਰੀਕੇ ਨਾਲ ਅੱਜ ਸਿਕਿਉਰਿਟੀ ਦੇਖ ਰਹੇ ਹਾਂ ਕਹਿ ਸਕਦੇ ਹਾਂ ਉਸ ਦੇ ਸ਼ੁਭਦੀਪ ਸਿੰਘ ਤੋਂ ਮਸਤ ਦੇਖੋ ਬੇਟਾ ਉਹ ਤਾਂ ਹੈ ਹੀ ਹੈ ਇਹ ਗੱਲ ਤਾਂ ਪਰੰਤੂ ਮੈਂ ਕਹਿੰਦਾ ਸਿਕਿਉਰਿਟੀ ਘਟਾ ਵੀ ਦਿੰਦੇ ਅਗਰ ਅਨਾਊਂਸ ਨਾ ਕਰਦੇ ਫਿਰ ਵੀ ਕੁਛ ਨਹੀਂ ਹੋਣਾ ਸੀ ਅਨਾਊਂਸ ਕਰਨ ਦੇ ਨਾਲ ਉਹਨਾਂ ਨੇ ਨਾਕੇ ਲਾ ਕੇ ਸਾਡਾ ਘਰ ਨੂੰ ਘੇਰ ਲਿਆ ਉਹ ਡਿਊਟੀ ਕਰਨ ਲੱਗ ਗਿਆ ਖੜ ਘੰਟਿਆਂ ਦੀ ਇੱਕ ਗੱਡੀ ਪਰਿਕਰਮਾ ਕਰਦੀ ਸੀ ਕੋਠੀ ਦੇ ਆਸੇ ਪਾਸੇ ਜਦੋਂ ਵੀ ਕਿਤੇ ਬਾਹਰ ਮਿਲ ਗਿਆ ਉਦੋਂ ਸ਼ੂਟ ਕਰਦਾ ਬਾਪੂ ਜੀ ਹੁਣ ਤੁਸੀਂ ਕਹਿ ਰਹੇ ਹੋ ਕਿ ਪ੍ਰਚਾਰ ਕਰਨ ਜਾ ਰਹੇ ਹੋ ਤੁਸੀਂ BJP ਦੇ ਖਿਲਾਫ਼ ਹੁਣ ਅੱਜ ਰਾਹੁਲ ਗਾਂਧੀ ਨੂੰ ਮਿਲੋਗੇ ਤੁਸੀਂ ਉੱਥੇ ਲੁਧਿਆਣੇ ਚੱਲੇ ਹੋ ਬੇਟਾ ਕੋਸ਼ਿਸ਼ ਹੈ ਮੇਰੀ ਰਾਹੁਲ ਜੀ ਨੂੰ ਮੈਂ ਪਹਿਲਾਂ ਵੀ ਦੋ ਵਾਰੀ ਮਿਲਿਆ ਸ਼ਾਇਦ ਅੱਜ ਵੀ ਕਦਮ ਕੀ ਹੋਵੇਗਾ ਅਗਲਾ ਕਦਮ ਕੀ ਹੋਵੇਗਾ ਜਿਸ ਤਰੀਕੇ ਨਾਲ ਅੱਜ ਕਾਲੀ ਕਾਲੀ ਝੰਡੀਆਂ ਵੰਡ ਕੇ ਅੱਜ